ਹਾਂਜੀ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਕੱਲ ਜਿਹੜੇ ਆਪਾਂ ਲੋਕ ਸਾਜ਼ਾਂ ਦੇ ਵਿੱਚ ਢੋਲ ਤੇ ਢੋਲਕੀ ਬਾਰੇ ਗੱਲ ਕਰ ਚੁੱਕੇ ਹਾਂ ਜਿਹਦੇ ਵਿੱਚ ਥੋੜਾ ਜਿਹਾ ਉਹਨਾਂ ਦੇ ਵਿੱਚ ਜਿਹੜਾ ਫਰਕ ਸੀਗਾ ਆਕਾਰ ਤੋਂ ਬਿਨਾਂ ਆਕਾਰ ਦਾ ਤਾਂ ਹੈ ਹੀ ਹੈ ਉਸ ਤੋਂ ਅੱਗੇ ਗੱਲ ਕੀਤੀ ਸੀ ਤੇ ਅੱਜ ਆਪਾਂ ਥੋੜੀ ਜੀ ਗੱਲ ਪਹਿਲਾਂ ਨਗਾਰੇ ਬਾਰੇ ਕਰ ਲਈਏ ਕਿਉਂਕਿ ਨਗਾਰਾ ਵੀ ਜਿਹੜਾ ਸਾਡੇ ਕੋਲੇ ਆਵਿਨਾਦ ਸਾਜ਼ ਦੇ ਵਿੱਚ ਆਉਂਦਾ ਹੈ ਜੀ ਨਗਾਰੇ ਦੀ ਦੇਖਦੇ ਹਾਂ ਅਸੀਂ ਤਾਂ ਇਹ ਲੋਕ ਸਾਜ਼ਾਂ ਦੇ ਵਿੱਚ ਗੀਤਾਂ ਦੇ ਵਿੱਚ ਤਾਂ ਕਿਤੇ ਦੇਖਣ ਨੂੰ ਨਹੀਂ ਮਿਲਦਾ ਪਰ ਅਸਲ ਦੇ ਵਿੱਚ ਹੀ ਆਪਾਂ ਕਹਿ ਸਕਦੇ ਹਾਂ ਕਿ ਜਿੱਥੇ ਅਸੀਂ ਜੋਸ਼ ਪੈਦਾ ਕਰਨਾ ਅਸਲ ਵਿੱਚ ਵੀਰ ਕਾਵ ਜਿਵੇਂ ਅਸੀਂ ਪੜ੍ਹਦੇ ਹਾਂ ਨਾ ਉਸ ਤਰ੍ਹਾਂ ਦਾ ਜਿਆ ਉਤਸ਼ਾਹ ਪੈਦਾ ਕਰਨਾ ਇਸ ਕਹਿ ਸਕਦੇ ਹਾਂ ਅਸੀਂ ਯੰਗ ਦੇ ਮੈਦਾਨ ਦੇ ਵਿੱਚ ਜਾਂ ਉੱਥੇ ਤਾਂ ਅਸੀਂ ਤਕਰੀਬਨ ਪੜ੍ਹਿਆ ਹੀ ਆ ਚਾਹੇ ਉਹ ਚੰਡੀ ਦੀ ਵਾਰ ਆ ਤੇ ਚਾਹੇ ਜੰਗਨਾਮਾ ਸਾਹ ਮੁਹੰਮਦ ਆ ਠੀਕ ਹੈ ਜੀ ਨਾ ਉੱਥੇ ਪੜਿਆਗਾ ਤੇ ਹੋਣਾ ਵੀ ਚਾਹੀਦਾ ਤੇ ਤਕਰੀਬਨ ਹੌਲੀ ਹੌਲੀ ਖਤਮ ਕੀਤਾ ਜਾ ਰਿਹਾ ਜਾਂ ਹੋ ਰਿਹਾ ਉਹ ਵੱਖਰੀ ਗੱਲ ਆ ਨਗਾਰੇ ਦੀ ਗੱਲ ਬਸ ਇਹਦੇ ਵਿੱਚ ਫਰਕ ਕੀ ਹੁੰਦਾਗਾ ਅਸਲ 'ਚ ਇਹ ਵੀ ਕਬੀਲੇ ਤੋਂ ਸ਼ੁਰੂ ਹੋਇਆ ਸੀਗਾ ਤੇ ਦਰਬਾਰਾਂ ਦੇ ਵਿੱਚ ਰਾਜ ਦਰਬਾਰਾਂ ਦੇ ਵਿੱਚ ਮੁਕਾਬਲੇ ਹੁੰਦੇ ਸੀਗੇ ਸਾਜ਼ ਵਜਾਉਣ ਦੇ ਨਗਾਰਾ ਵਜਾਉਣ ਦੇ ਬੰਤਰ ਦੀ ਗੱਲ ਕਰੀਏ ਤਾਂ ਇਹ ਲੋਹੇ ਜਾਂ ਕਿਸੇ ਹੋਰ ਪਿੱਤਲ ਆਦਿ ਦੀ ਧਾਤੂ ਦਾ ਬਣਿਆ ਹੁੰਦਾ ਹੈ ਤੇ ਇਹਦੇ ਢੋਲ ਨੂੰ ਤਾਂ ਧੂਮੇ ਪਾਸੇ ਖਲ ਮੜੀ ਹੁੰਦੀ ਆ ਆਪਾਂ ਨੇ ਕੱਲ ਗੱਲ ਕੀਤੀ ਸੀ ਤੇ ਨਗਾਰੇ ਦਾ ਸਿਰਫ ਇੱਕ ਆਪਾਂ ਦੇਖ ਹੀ ਰਹੇ ਹਾਂ तकरीबन ਅੱਜ ਕੱਲ ਵੀ ਸਾਡੇ ਗੁਰੂ ਘਰਾਂ ਦੇ ਵਿੱਚ ਹੈਗੇ ਨੇ ਖਲ ਨਟਕਿਆ ਹੁੰਦਾਗਾ ਠੀਕ ਹੈ ਨਾ ਜੀ ਬਸ ਇਹਨੂੰ ਪਹਿਲਾਂ ਲੱਕੜ ਦਾ ਲੱਕੜ ਨਾਲ ਹੀ ਬਣਾਇਆ ਜਾਂਦਾ ਸੀ ਸਾਰਾ ਆਲਾ ਦੋਲਾ ਤੇ ਇਹਦੇ ਉੱਪਰ ਦੋਨੇ ਹੱਥਾਂ ਨਾਲ ਮਤਲਬ ਨਗਾਰਾ ਵਜਾਉਣ ਵਾਸਤੇ ਰੱਖਿਆ ਜਾਂਦਾਗਾ ਛੋਟੀਆਂ ਵਾਂਗੂ ਬਣਾਏ ਹੁੰਦੇ ਨੇ ਹਨਾ ਉਹ ਤੇ ਉਹ ਉਹਦੇ ਨਾਲ ਵਜਾਇਆ ਜਾਂਦਾਗਾ ਤਕਰੀਬਨ ਇਹ ਤਾਂ ਸਭ ਪਤਾ ਹੀ ਹੋਣਾਗਾ ਜਦੋਂ ਅਸੀਂ ਗੁਰੂ ਘਰ ਅਰਦਾਸ ਕਰਦੇ ਹਾਂ ਤੇ ਅਗਲੀ ਗੱਲ ਆ ਜਿਹੜੀ ਖਾਸ ਤੌਰ ਤੇ ਡਫ ਜਾਂ ਡਫਲੀ ਦੀ ਗੱਲ ਕਰਦੇ ਆ ਡਫ ਦਾ ਆਕਾਰ ਵੱਡਾ ਹੁੰਦਾ ਹੈ ਤੇ ਡਫਲੀ ਨਿੱਕੀ ਹੁੰਦੀ ਹੈ ਦੋਵਾਂ ਦੇ ਵਿੱਚ ਉਹਨਾਂ ਫਰਕ ਸਮਝ ਲਿਓ ਡਫ ਵੱਡਾ ਤੇ ਆਕਾਰ ਦੇ ਵਿੱਚ ਡਫਲੀ ਨਿੱਕੀ ਹੁੰਦੀ ਹੈ ਉਹਦੇ ਮੁਕਾਬਲੇ ਤੇ ਇਹ ਬਹੁਤ ਵੱਡੇ ਪੱਧਰ ਤੇ ਇਹਦੀ ਵਰਤੋਂ ਹੁੰਦੀ ਹੈ ਤਕਰੀਬਨ ਜੇ ਅਸੀਂ ਦੇਖੀਏ ਪੰਜਾਬੀ ਗਾਇਕੀ ਦੇ ਵਿੱਚ ਵੀ ਤੇ ਚਾਹੇ ਗੁਰਦਾਸ ਮਾਨ ਦੀ ਗੱਲ ਕਰ ਲਈਏ ਜਾਂ ਫਿਰ ਵਰਕਤ ਸਿੰਘੂ ਦੀ ਗੱਲ ਕਰ ਲਈਏ ਇਹ ਤਕਰੀਬਨ ਅੱਜ ਦੇ ਸਮੇਂ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਵਿੱਚ ਵੀ ਅਸੀਂ ਗੁਰਦਸਾਹ ਮਾਣ ਦੀ ਜਦੋਂ ਗੱਲ ਕਰਦੇ ਆ ਤੇ ਬਾਕੀ ਟੋਲ ਟੋਲ ਕੀ ਵਜਾਉਣ ਵਾਲੇ ਜਿਹੜੇ ਸਾਜ਼ ਜਿੰਦੇ ਨੇ ਉਹ ਅਲੱਗ ਰੂਪ ਵਿੱਚ ਗਾਇਕ ਦੇ ਨਾਲ ਹੁੰਦੇ ਹਨ ਪਰ ਡਫਲੀ ਵਾਲਾ ਕੰਮ ਕੀ ਹੈ ਡਫਲੀ ਤੇ ਡੱਫਾ ਜਿਹੜਾ ਵਧੇਰੇ ਕਰਕੇ ਗਾਉਣ ਵਾਲਾ ਆਪ ਹੀ ਵਜਾਉਂਦਾ ਹੈਗਾ ਇੱਥੇ ਪ੍ਰਸ਼ਨ ਬਣ ਸਕਦਾ ਹੈਗਾ ਅਜਿਹਾ ਕਿਹੜਾ ਲੋਕ ਸਾਜ਼ ਆ ਛੇਟ ਦਿੱਤਿਆਂ ਦੇ ਵਿੱਚੋਂ ਜਿਹਨੂੰ ਗਾਉਣ ਵਾਲਾ ਆਪਣੇ ਆਪ ਵਜਾਉਂਦਾ ਆਪਣੇ ਨਾਮ ਰੱਖਦਾ ਹੈਗਾ ਉਹ ਡਫਲੀ ਹੈ ਜੀ ਜਾਂ ਡੱਫ ਕਹਿ ਸਕਦੇ ਅਸੀਂ ਦੋਵਾਂ ਨੂੰ ਹੀ ਤੇ ਜੇਕਰ ਡੱਫ ਦੀ ਬਣਤਰ ਦੀ ਗੱਲ ਕਰੀਏ ਤਾਂ ਹਰੀ ਜਿਵੇਂ ਕਿ ਇਹਦੇ ਇਲਾਕੇ ਦੀ ਗੱਲ ਕਰੀਏ ਰਾਜਸਥਾਨ ਪੰਜਾਬ ਵਿੱਚ ਇਹਦੀ ਬੁਖੋ ਵਖਰਤਾ ਬਪਨਤਾਵਾਂ ਪਾਈ ਜਾਂਦੀ ਨ ਡੱਫ ਦੇ ਵਿੱਚ ਆਕਾਰ ਦੇ ਪੱਖੋਂ ਗੋਲ ਹੋਣ ਦੇ باوجود ਵੀ ਇਹਦੇ ਉੱਪਰ ਜਿਹੜਾ ਮੜਿਆ ਹੋਇਆ ਖੋਲ ਹੁੰਦਾ ਉਹ ਅਲੱਗ-ਅਲੱਗ ਕਿਸਮ ਦਾ ਹੁੰਦਾ ਹੈ ਖਲ ਨੂੰ ਮੜਨ ਲਈ ਮਜ਼ਬੂਤ ਧਾਗੇ ਦੀ ਬਾਰੀਕ ਰੱਸੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਤੀਸਰਾ ਸੀਦੇ ਵਿੱਚ ਛੱਲੇ ਪਾਈ ਜਾਂਦੇ ਨੇ ਤੇ ਮਦਦ ਨਾਲ ਥਾਪ ਨਿਸ਼ਚਿਤ ਕੀਤਾ ਜਾਂਦਾ ਜਾਂ ਥਾਪ ਲਾਉਣਾ ਹੁੰਦਾ ਉਹਦੇ ਤੇ ਉੱਪਰ ਤੇ ਡੱਫ ਨੂੰ বাজਾਉਣ ਵਾਲੇ ਗਾਇਕ ਇੱਕ ਹੱਥ ਨਾਲ ਇਸ ਨੂੰ ਪਕੜਦੇ ਹਨ ਤੇ ਦੂਜੇ ਹੱਥ ਨਾਲ ਦੇ ਉੱਪਰ ਥਾਪ ਦੇਂਦੇ ਹਨ ਡੱਫ ਦੀ ਵਰਤੋਂ ਜਿਹੜੀ ਮਰਾਸੀ ਆਪਣੀ ਗਾਇਕੀ ਦੇ ਨਿਵਾਸ ਵਿੱਚ ਸਭ ਤੋਂ ਵਧੇਰੇ ਕਰਦੇ ਹਨ ਇਹ ਪੀਰਾਂ ਦਰਗਾਹਾਂ ਤੇ ਗਾਉਣ ਵੇਲੇ ਗਾਇਕ ਇਸੀ ਬਾਹਰ ਤੋਂ ਵੱਡੇ ਪੱਧਰ ਤੇ ਕਰਦੇ ਨੇ ਕਈ ਥਾਵਾਂ ਤੇ ਪੀਰਾਂ ਦੀ ਜਗ੍ਹਾ ਤੇ ਗਾਉਣ ਵਾਲੇ ਗਾਇਕ ਨਹੀਂ ਜਿਹੜੇ ਜਾਂ ਮਰਾਸੀ ਕਹਿ ਸਕਦੇ ਹਾਂ ਅਸੀਂ ਤੇ ਉਹ ਸਾਜ਼ ਨੂੰ ਗਾਇਕੀ ਦੇ ਨਿਵਾਵਜੋਂ ਸੁਣਿਆ ਜਾ ਸਕਦਾਗਾ ਜੇ ਟੀਵੀ ਦੀ ਗੱਲ ਕਰੀ ਤਾਂ 1970 ਤੋਂ ਲੈ ਕੇ 80 ਤੱਕ ਦੇ ਸਮਾਂ ਜਿਹੜਾ ਰਿਕਾਰਡ ਹੋਏ ਗੀਤ ਮਿਲਦੇ ਸਾਨੂੰ ਉਹਨਾਂ ਦੇ ਹੱਥਾਂ ਵਿੱਚ ਇਹ ਸਾਜ਼ ਦੇਖਿਆ ਜਾ ਸਕਦਾ ਤੁਸੀਂ ਗੂਗਲ ਕਰ ਸਕਦੇ ਹੋ YouTube ਤੇ ਵੀ ਦੇਖ ਸਕਦੇ ਹੋ ਵੈਸੇ ਅ ਜੇ ਗਾਇਕਾਂ ਦੇ ਵਿੱਚ ਅਸੀਂ ਦੇਖਣਾ ਹੀ ਹੋਵੇ ਤਾਂ ਨਰਿੰਦਰ ਬੀਬਾ ਆਸਾ ਸਿੰਘ ਮਸਤਾਨਾ ਕੇ ਦੀਪ ਦੀ ਰਿਕਾਰਡਿੰਗ ਸਮੇ ਇਹ ਸਾਜ਼ ਦੀ ਵਰਤੋਂ ਹੋਈ ਹੋਈ ਸਾਨੂੰ ਮਿਲਦੀ ਹੈ ਜਿੰਨੀ ਕ ਅਸੀਂ ਖੋਜ ਕੀਤੀ ਉਹਦੇ ਵਿੱਚ ਤੇ ਡਫ ਤੇ ਡਫਲੀ ਜੋ ਮੈਨੂੰ ਧਿਆਨ ਚ ਰੱਖਣਾ ਆਕਾਰ ਦੇ ਪੱਖ ਤੋਂ ਧਿਆਨ ਚ ਰੱਖਣਾਗਾ ਜਿਆਦਾ ਵੀ ਦੇ ਬਾਰੇ ਤੁਸੀਂ ਜਾਣ ਸਕਦੇ ਹੋ ਡੰਗਾਈ ਦੇ ਵਿੱਚ ਜਾ ਕੇ